ਮ ਦੇ ਵਿੱਚ ਅੱਜ ਥੋੜੀ ਜਿਹੀ ਜਿਹੜਾ ਸਾਡਾ ਫਲੋ ਆਫ ਦਾ ਸ਼ੋ ਹੁੰਦਾ ਉਹਦੇ ਵਿੱਚ ਥੋੜੀ ਜਿਹੀ देयर इज अ ਲिटल ਡਿਵੀਏਸ਼ਨ ਪਰ ਇੱਕ ਇੰਪੋਰਟੈਂਟ ਗੱਲਬਾਤ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਆ ਬੀਤੇ ਸਮੇਂ ਦੇ ਵਿੱਚ ਤੁਸੀਂ ਸਾਡੇ ਇਸ ਪਲੇਟਫਾਰਮ ਤੋਂ ਤੇ ਗੱਲਬਾਤ ਸੁਣੀ ਹੋਏਗੀ ਵੰਜਾਰਾ ਨੋਮੈਡ ਦੇ ਜਿਲ੍ਹੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਇਹ ਉਹ ਸੰਸਥਾ ਹੈ ਜਿਦੇ ਰਾਹੀਂ ਇਹਨਾਂ ਨੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਵੱਖੋ ਵੱਖਰੇ ਹਿਸਟੋਰੀਕਲ ਅ ਕੁਝ ਜਿਹੇ ਭਾਵੇਂ ਹੋ ਕਿਤਾਬਾਂ ਹੋਣ ਭਾਵੇਂ ਉਹ ਕੁਝ ਇਸ ਤਰ੍ਹਾਂ ਦੇ ਆਰਟੀਫੈਕਟਸ ਹੋਣ ਉਹ ਇਹਨਾਂ ਨੇ ਕਲੈਕਟ ਕਰਨ ਦਾ ਬੀੜਾ ਚੁੱਕਿਆ ਹੋਇਆ ਤੇ ਇੱਕ ਬਹੁਤ ਵਧੀਆ ਪੋਰਟਲ ਆਨਲਾਈਨ ਸਥਾਪਿਤ ਕੀਤਾ ਹੋਇਆ ਜਿਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਪੁਰਾਤਨ ਜਿਹੜੀਆਂ ਪੁਰਾਣੀਆਂ ਕਿਤਾਬਾਂ ਨੇ ਜਿਹੜੀਆਂ ਇਹਨਾਂ ਨੇ ਦੁਨੀਆ ਦੇ ਵੱਖ-ਵੱਖਰੇ ਹਿੱਸਿਆਂ ਤੋਂ ਹੁਣ ਕਲੈਕਟ ਕੀਤੀਆਂ ਨੇ ਉਹ ਕਲੈਕਸ਼ਨ ਬੇਸਿਕਲੀ ਇਹਨਾਂ ਨੇ ਸ਼ੇਅਰ ਕਰਨ ਦੇ ਵਾਸਤੇ ਲੋਕਾਂ ਦੇ ਨਾਲ ਸਾਂਝੀ ਕਰਨ ਦੇ ਵਾਸਤੇ ਰੱਖਿਆ प्रॉफिट ਮੋਟਿਵ ਉਹਦੇ ਪਿੱਛੇ ਕੋਈ ਨਹੀਂ ਹੈ ਹੁਣ ਇਕਦਾ ਉਹ ਵਾਲਾ ਪਹਿਲੂ ਰਿਹਾ ਸੋ ਇਹ ਇੰਟਰੋਡਕਸ਼ਨ ਕਰਨੀ ਇਸ ਕਰਕੇ ਜ਼ਰੂਰੀ ਹੈ ਸੋ ਦੈਟ ਵੀ ਨੋ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਜਿਹਦੇ ਬਾਰੇ ਗੱਲ ਕਰ ਰਹੇ ਹਾਂ ਉਹ ਇਸ ਪਾਰਟिकुलर ਇਸ਼ੂ ਬਾਰੇ ਗੱਲ ਕਰਨ ਵਾਸਤੇ ਕਿਉਂ ਅੱਗੇ ਆ ਰਹੇ ਨੇ ਹੁਣ ਇਹਦੇ ਨਾਲ ਦੂਜਾ ਇਸ਼ੂ ਜੋੜਦੇ ਹਾਂ ਕਿ ਤਕਰੀਬਨ 3 ਸਾਲ ਪਹਿਲਾਂ BC ਦੇ ਉਸ ਸਮੇਂ ਦੇ ਪ੍ਰੀਮੀਅਰ ਜੌਨ ਹਾਰਗਨ ਵੱਲੋਂ ਐਨਡੀਪੀ ਦੀ ਸਰਕਾਰ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਮਿਊਜ਼ੀਅਮ ਸਥਾਪਿਤ ਕਰੇਗੀ ਮਿਊਜ਼ੀਅਮ ਦੇ ਨਾਲ ਲੈ ਕੇ ਨੂੰ ਲੈ ਕੇ ਫਿਰ ਆਉਂਦੇ ਆਗਾਮੀ ਮਹੀਨਿਆਂ ਦੇ ਵਿੱਚ ਗੱਲਬਾਤ ਚੱਲਦੀ ਰਹੀ ਜਾਂ ਜੋ ਵੀ ਕੰਮ ਸੀ ਉਹ ਬੈਕਐਂਡ ਤੇ ਚੱਲਦਾ ਰਿਹਾ ਫਿਰ ਇਸ ਸਾਲ ਅਪ੍ਰੈਲ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚੋਂ ਕੁਝ ਵਿਵਾਦ ਉਪਜੇ ਸੋ ਉਹ ਵਿਵਾਦ ਕਿਉਂ ਉਪਜੇ ਹੁਣ ਇਹ ਸਾਰੀ ਮਿਊਜ਼ੀਅਮ ਦੀ ਕਹਾਣੀ ਖੜੀ ਕਿੱਥੇ ਆ ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵੰਜਾਰਾ ਨੋਮੈਡ ਤੋਂ ਸਨੀ ਪੰਡਾਲ ਜੀ ਅਤੇ ਜਸਕੀਰ ਸਿੰਘ ਜੀ ਸ਼ਾਮਲ ਹੋ ਰਹੇ ਨੇ ਇਸ ਸੰਸਥਾ ਦੇ ਇਹ ਕੋਫਾਊਂਡਰਸ ਨੇ ਤੇ ਜਸਕੀਰਤ ਸਿੰਘ ਜੀ ਜਿਹੜੇ ਕਿ ਵਕੀਲ ਵੀ ਨੇ ਤੇ ਲੀਗਲ ਕਾਉਂਸਲ ਵੀ ਨੇ ਬੰਜਾਰਾ ਨੋਮੈਡ ਦੇ ਹਿਊਮਨ ਰਾਈਟਸ ਲਾਅ ਦੇ ਵਿੱਚ ਇਹਨਾਂ ਦੀ ਬੈਕਗ੍ਰਾਉਂਡ ਸੋ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਆ ਰਾਜਪੰਡਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲੇ ਤੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜਸਕੀਰ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ੍ਰੀ ਅਕ ਜਿਹੜੀ ਇਸ ਸਾਲ ਮੀਟਿੰਗ ਹੋਈ ਸੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਸ ਮੀਟਿੰਗ ਦਾ ਕੀ ਮਕਸਦ ਸੀ ਕਿਉਂਕਿ ਉੱਥੇ ਤੁਸੀਂ ਵੀ ਗਏ ਹੋਏ ਸੀ ਅ ਜਿਹੜੀ ਵਸਾਖੀ ਵਾਲੇ ਦਿਨ ਅਪ੍ਰੈਲ 13 ਨੂੰ ਉੱਥੇ ਮੀਟਿੰਗ ਸੱਦੀ ਗਈ ਹਮ ਅ ਵੀਕਡੇ ਦੇ ਦਰਮਿਆਨ ਸੀਗੀ ਉਹ ਹਮ ਹਮ ਤੇ ਉੱਥੇ ਜਦੋਂ ਸਾਨੂੰ ਇਨਵਾਈਟ ਆਇਆ ਤੇ ਕਾਫੀ ਸਾਨੂੰ ਹੈਰਾਨੀ ਹੋਈ ਕਿਉਂਕਿ ਸਾਡਾ ਲਿਟਰੇਰੀ ਜਿਹੜੀ ਡੋਮੇਨ ਆ ਉਹਦੇ ਵਿੱਚ ਕੋਈ ਸਾਡੇ ਹੈ ਨਹੀਂ ਯੋਗਦਾਨ ਵਾਲਾ ਨਾ ਜੀ ਕਿਉਂਕਿ ਨਾ ਤਾਂ ਇੱਥੇ ਕੋਈ ਕਮਿਊਨਿਟੀ ਲੀਡਰ ਰਿਆ ਨਾ ਕੋਈ ਸਾਡੀ ਉਦਾਂ ਦੀ ਕੋਈ ਐਫਰਟ ਐ ਉਸ ਹਿਸਾਬ ਨਾਲ ਪਰ ਜਦੋਂ ਅਸੀਂ ਉੱਥੇ ਗਏ ਤੇ ਸਾਡਾ ਜਾਣਾ ਬੰਦ ਆ ਸੀ ਜਦੋਂ ਮਿਨਿਸਟਰ ਨੇ ਸਦਯਤ ਵੀ ਅਪਲਾਈਡ ਹਨਾ ਤੇ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਜਿਹੜਾ ਸਾਨੂੰ ਇਮਪ੍ਰੈਸ਼ਨ ਇਹ ਸੀਗਾ ਵੀ ਜਦੋਂ ਅਸੀਂ ਇਸ ਲਈ ਇਕੱਠੇ ਹੋ ਰਹੇ ਹਾਂ ਕਿਉਂਕਿ BC ਚ ਪਹਿਲੀ ਤਰ੍ਹਾਂ ਦਾ ਮਿਊਜ਼ੀਅਮ ਬਣ ਰਿਹਾ ਹੂੰ ਹੂੰ ਉਹਦਾ ਉਹ ਉਹ ਉਹਦੀ ਨਾ ਫਾਊਂਡੇਸ਼ਨ ਤੋਂ ਤਿਆਰੀ ਹੋਣੀ ਆ ਤੇ ਉਹਦੇ ਬਾਰੇ ਗੱਲਬਾਤ ਹੋਏਗੀ ਹੂੰ ਤੋ ਐਸੀ ਬੜੇ ਚਾਹ ਨਾਲ ਗਏ ਉੱਥੇ ਹੂੰ ਸੋ ਜਦੋਂ ਜਾ ਕੇ ਅਸੀਂ ਦੇਖਿਆ ਵੀ ਉੱਥੇ ਤਾਂ ਜਿਹੜੀ ਸਾਊਥ ਈਸ਼ੀਅਨ ਟਰਮ ਆ ਨਾ ਹੂੰ ਉਹਦਾ ਬੋਲਬਾਲ ਆਇਆ ਹਰੇਕ ਪਾਸੇ ਹੂੰ ਈਵਨ ਨੇਮ ਟੈਗ ਜਿਹੜੀ ਉਹ ਆਰਟਿਸਟਿਕ ਲੇਡੀ ਬਹੁਤ ਖੂਬਸੂਰਤ ਉਹਨੇ ਆਰਟ ਬਣਾਈ ਸੀਗੀ ਉੱਥੇ ਵੀ ਉਹਨੇ ਸਾਊਥ ਈਸ਼ੀਅਨ ਤੇ ਮੈਂ ਉੱਥੇ ਇੱਕ ਸਿਗੇ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਵੀ ਇਹ ਤਾਂ ਪਹਿਲਾਂ ਹੀ ਡਿਸਾਈਡ ਹੋ ਚੁੱਕਿਆ ਸਾਰਾ ਕੁਝ ਹੂੰ ਇਹ ਫਿਰ ਮੈਂ ਕਹਿੰਦਾ ਵੀ ਮੈਨੂੰ ਥੋੜਿਆ ਕੁਝ ਸਮਝ ਹੀ ਨਹੀਂ ਲੱਗੀ ਹੂੰ ਵੀ ਜੇ ਪਹਿਲੇ ਡਿਸਾਈਡ ਹੋਇਆ ਤੁਸੀਂ ਕਾਹਤੇ ਟੈਕਸਪੇਰਮਨੀ ਇੰਨੀ ਖਰਾਬ ਕਰਨ ਡੇ ਹੋ ਇਹਨੇ ਲੋਕਾਂ ਨੂੰ ਇਕੱਠਿਆ ਕੀਤਾ ਹੋਇਆ ਲੰਚ ਕਰਾਉਣ ਡੇ ਹੋ ਹੂੰ ਤੁਸੀਂ ਵੈਸੇ ਅਨਾਉਂਸ ਕਰਾ ਦਿਓ ਕਿਸੇ মিডিਆ ਥਰੂ ਵੀ ਆਸੀਂ ਕਰ ਲਿਆ ਹੂੰ ਤੇ ਐਨੀ ਇਨਪੁਟ ਸਾਨੂੰ ਦੱਸ ਦਿਓ ਜੀ ਤੇ ਉਹ ਜਿੱਦਾਂ ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਉਹ ਕਹਿੰਦੇ ਜੀ ਵੀ ਸਾਡੀ ਕਾਫੀ ਆਪਸ 'ਚ ਹੀ ਚੱਲਦੀ ਸੀ ਗਵਰਨਮੈਂਟ ਨਾਲ ਕਿ ਉਹ ਕਹਿੰਦੇ ਸੀ ਇਹਦਾ ਨਾਮ ਸਾਊਥ ਈਸਟੀਅਨ ਮਿਊਜ਼ੀਅਮ ਰੱਖ ਸਕਦੇ ਹੋ ਤੇ ਆਸੀਂ ਕਹਿੰਦੇ ਸਾਊਥ ਈਸਟੀਅਨ ਕੈਨੇਡੀਅਨ ਮਿਊਜ਼ੀਅਮ ਰ ਦੋ ਗਰੁੱਪਾਂ ਦੀ ਆਪਸ ਚੀ ਹੈ ਉਹਦੇ ਚ ਕੋਈ ਕਮਿਊਨਿਟੀ ਦੀ ਇਨਪੁਟ ਤਾਂ ਮੈਨੂੰ ਦਿਖੀ ਨਹੀਂ ਫਿਰ ਕਿਸੇ ਪਾਸਿਓਂ ਹਮ ਸੋ ਉਹਦੇ ਤੇ ਫਿਰ ਅਸੀਂ ਸਵਾਲ ਕੀਤਾ ਵੀ ਜਿਹੜਾ ਤੁਸੀਂ ਚਾਈਨੀਜ਼ ਮਿਊਜ਼ੀਅਮ ਹੁਣੇ ਬਣਾਇਆ ਆ ਔਰ ਅਸੀਂ ਬਹੁਤ ਖੁਸ਼ ਹਾਂ ਕਿ ਉਹਨਾਂ ਲਈ ਮਿਊਜ਼ੀਅਮ ਬਣਿਆ ਹਮ ਤੁਸੀਂ ਉਹਦਾ ਨਾਮ ਘੱਟੋ ਘੱਟ ਈਸਟ ਏਸ਼ੀਆ ਰੱਖ ਦਿੰਦੇ ਵੀ ਜਿਹੜੇ ਹੋਰ ਮੌਲਕਾ ਉਹ ਵੀ ਉਹ ਚ ਇਨਕਲੂਡ ਹੋ ਜਾਂਦੇ ਹਮ ਜਿੱਦਾਂ ਤੁਸੀਂ ਇੱਥੇ ਸਾਨੂੰ ਇਨਕਲੂਸਿਵਿਟੀ ਸਿਖਾ ਰਹੇ ਹੋ ਨਾ ਏਦਾਂ ਤੁਸੀਂ ਕੋਸ਼ਿਸ਼ ਕਰਕੇ ਦੇਖੋ ਵੀ ਜਿਹੜੀ ਚਾਈਨੀਜ਼ ਗਵਰਨਮੈਂਟ ਆ ਉਹਨੂੰ ਤੁਸੀਂ ਇਨਕਲੂਸਿਵਿਟੀ ਸਿਖਾ ਕੇ ਫਿਰ ਦੇਖੋ ਉਧਰ ਜਵਾਬ ਕੀ ਆਉਂਦਾ ਆ ਹੂੰ ਸੋ ਇਹ ਤਾਂ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਜਿਹੜੀ ਇਹ ਨਵੀਂ ਪਿਰਤ ਆਪਾਂ ਪਾ ਰਹੇ ਆ ਕੈਨੇਡਾ 'ਚ ਹੂੰ ਇੱਥੇ ਕੋਈ ਵੀ ਮਿਊਜ਼ੀਅਮ ਹੈ ਨਹੀਂ ਜਿਹੜਾ ਖਿੱਤੇ ਦੇ ਨਾਮ ਤੇ ਬਣਿਆ ਹੋਇਆ ਹੂੰ ਹੂੰ ਇੱਥੇ ਈਸਟਰਨ ਯੂਰੋਪੀਅਨ ਮਿਊਜ਼ੀਅਮ ਹੈ ਨਹੀਂ ਵੈਸਟਰਨ ਯੂਰੋਪੀਅਨ ਮਿਊਜ਼ੀਅਮ ਹੈ ਨਹੀਂ ਨਾਰਥ ਅਮਰੀਕਨ ਮਿਊਜ਼ੀਅਮ ਹੈ ਨਹੀਂ ਇਹ ਜਿਹੜੀ ਨਵੀਂ ਪਿਰਤ ਆ ਕਿਉਂ ਪਾਈ ਜਾ ਰਹੀ ਹੈ ਇਹ ਹੂੰ ਹੂੰ ਅ ਪਰ ਕੀ ਉਹਦੇ ਪਿੱਛੇ ਸੋ ਜਿਸਕੇ ਦੇ ਜੀ ਜੇ ਆਪਾਂ ਨਾਮ ਨੂੰ ਲੈ ਕੇ ਵੀ ਜੇ ਸਾਊਥ ਏਸ਼ੀਅਨ ਸੋ ਸੋ ਇੱਕ ਪੁਆਇੰਟ ਆਫ ਕੰਟੈਂਸ਼ਨ ਇਹ ਹੋ ਗਿਆ ਕਿ ਮਿਊਜ਼ੀਅਮ ਦਾ ਨਾਮ ਸਾਊਥ ਏਸ਼ੀਅਨ ਯਾ ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ ਨਾ ਹੋਵੇ ਕਿਉਂਕਿ ਸਾਊਥ ਏਸ਼ੀਅਨ ਇੱਕ ਜੀਓਗ੍ਰਾਫੀਕਲ ਰੀਜਨ ਹੈਗਾ ਉਹ ਜੀਓਗ੍ਰਾਫੀ ਨੂੰ ਇੱਕ ਰੈਫਰ ਕਰਦਾ ਪਰ ਜੇ ਆਪਾਂ ਇਹ ਦੇਖੀਏ ਵੀ ਜਿਹੜੇ ਉੱਥੇ ਵੱਖ-ਵੱਖਰੀ ਕੰਟਰੀਜ਼ ਨੇ ਹੁਣ ਜੇ ਜੇ ਮਿਊਜ਼ੀਅਮ ਬਣਾਇਆ ਜਾਂਦਾ ਕਿਉਂਕਿ ਕਲਚਰਲ ਸਿਮਿਲਰਿਟੀਆਂ ਬਹੁਤ ਨੇ ਵੱਖ-ਵੱਖਰੀਆਂ ਕੰਟਰੀਜ਼ ਦੀਆਂ ਜੇ ਆਪਾਂ ਵੀ ਗੋ ਬੈਕ ਇਨ ਦਿ ਡੇ ਤਾਂ ਬਹੁਤ ਸਾਰੇ ਮੁਲਕ ਜਿਹੜੇ ਇਸ ਵੇਲੇ ਨਕਸ਼ਿਆਂ ਤੇ ਵੱਖ-ਵੱਖਰੀਆਂ ਕੰਟਰੀਜ਼ ਨੇ ਦੇ ਵਰ 1 ਕੰਟਰੀ ਐਟ 1 ਪੁਆਇੰਟ ਤੇ ਕੀ ਜੇਰਾ ਸਾਊਥ ਏਸ਼ੀਆ ਨਾ बिकॉज देन दैट बिकम्स ऑल エンਕੰਪਾਸਿੰਗ ਉਹਦੇ ਵਿੱਚ ਪਾਕਿਸਤਾਨ ਵੀ ਆ ਗਿਆ ਉਹਦੇ ਵਿੱਚ ਬੰਗਲਾਦੇਸ਼ ਦੇ ਜਿਹੜੇ ਸਾਡੇ ਕੁਝ ਇੱਥੇ ਰਹਿਣ ਵਾਲੇ ਵਾਸੀंदे ਨੇ ਸਾਡੇ ਮੈਂਬਰ ਨੇ ਉਹ ਵੀ ਆ ਗਏ ਜਿਹੜੇ ਇੰਡੀਅਨ ਇੰਡੀਆ ਨੂੰ ਬਿਲੋਂਗ ਕਰਦੇ ਨੇ ਉਹ ਤੇ ਆ ਹੀ ਗਏ ਜਿਹੜੇ ਨੇਪਾਲੀਜ਼ ਨੇ ਉਹ ਵੀ ਪੋਪੂਲੇਸ਼ਨ ਵਾਧੀ ਪਈ ਉਹ ਵੀ ਉਹਦੇ ਵਿੱਚ ਆ ਜਾਂਦੇ ਨੇ ਸੋ ਜਿਹੜੀ ਇੱਕ ਅੰਬ੍ਰੈਲਾ ਟਰਮ ਹੈ ਜੇ ਸਾਊਥ ਏਸ਼ੀਅਨ ਮਿਊਜ਼ੀਅਮ ਹੋਵੇ ਉਹਦੇ ਵਿੱਚ ਫਿਰ ਉਹਦੇ ਵਿੱਚ ਇਤਰਾਜ਼ ਕੀ ਹੈ ਜੀ ਆਈ ਥਿੰਕ ਵੈਲੀ ਚੀਜ਼ ਹੈ ਕਿ ਵੀ ਹਵ ਟੂ ਲੁੱਕ ਐ ਜੀਡੀ ਸਾਥ ਏਸ਼ੀਅਨ ਵਰਡ ਆ ਉਹ ਡਿਫੀਨੀਸ਼ਨ ਕਿੰਨੇ ਦਿੱਤਾ Mm. Who, who put that word on us? If mm. e umbrella, apa kende ya? If mm. e apa idda ni ki proudly apa kende ki apa South Asia na. This e term was created. It's a colonized term, divisive mm. and racist term. Mm. So, jido apa kende ki inclusivity, jido apa was event the sige the 100th so generation si, of community leaders. Mm. Jetho sioda room chhvekhwa apa sare dekhte sige. That wasn't representation of South Asia, mm -hmm. which is geographically kende ya. It was cherry-picked individuals mm. who were put there for a purpose. Mm. So sadly, it's not. We're against the museum. Mm -hmm. We're collectors. Mm -hmm. We know and we believe in this very deeply. Mm -hmm. But it has to be done the right way. When mm -hmm. so, you see, you use a term. Use karke, but only your genealogy, only background or term. The only galni gani, then you're disguising something. Mm -hmm. So what's the name that you propose? Uh, you see, look, the name should be there. ਉੱਥੋਂ ਦੀ ਇੱਕ ਸਾਂਝੀ ਜੀ ਬੋਲੀ ਚੋਂ ਪੈਖ ਹੋਵੇ ਹਮ ਜਿੱਦਾਂ ਮਿਊਜ਼ੀਅਮ ਆਫ ਇਤਿਹਾਸ ਹੋ ਗਿਆ ਹਮ ਮਿਊਜ਼ੀਅਮ ਆਫ ਤਾਰੀਖ ਹੋ ਗਈ ਹਮ ਮਿਊਜ਼ੀਅਮ ਆਫ ਵਿਰਸਾ ਹੋ ਗਿਆ ਹਮ ਸਾਂਝਾ ਮਿਊਜ਼ੀਅਮ ਹੋ ਗਿਆ ਇੱਕ ਮਿਊਜ਼ੀਅਮ ਹੋ ਗਿਆ ਹਮ ਮਤਲਬ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਉਹ ਉਸ ਮੁਲਕਾਂ ਦੀ ਬੋਲੀ ਚ ਕੋਈ ਇਦਾਂ ਦਾ ਇੱਕ ਲਫ਼ਜ਼ ਹੈ ਨਹੀਂ ਜਿਹਨੂੰ ਉਹ ਸਾਰੇ ਹੀ ਸਮਝ ਸਕਦੇ ਹੋਣ ਹਮ ਜਿਹੜਾ ਇਹ ਐਂਗਲਿਕਨ ਵਰਡ ਹੈ ਸਾਊਥ ਈਸ਼ੀਅਨ ਹਮ ਇਹ ਜਿਹੜੀ ਇਹ ਆਪਾਂ ਗੁਲਾਮੀ ਪਾਉਣੀ ਗਾਤੇ ਚਾਉਂਦੇ ਆ ਹੂੰ ਮੈਂ ਸਾਡੀ ਇਹਦਾ ਮਤਲਬ ਨਹੀਂ ਸੀ ਇਹ ਕਹਿ ਰਹੇ ਆ ਵੀ ਸਾਡੀ ਉਸ ਖਿੱਤੇ ਦੀਆਂ ਬੋਲੀਆਂ ਇੰਨੀਆਂ ਰਿਚ ਨਹੀਂ ਹੈਗੀਆਂ ਸਾਡੇ ਕੋਈ ਇੱਕ ਲਫ਼ਜ਼ ਵੀ ਹੈ ਨਹੀਂਗਾ ਹੂੰ ਇਹ ਤਾਂ ਫਿਰ ਸਾਡੇ ਲਈ ਥੋੜੀ ਥੋੜੀ ਨਹੀਂ ਕਾਫੀ ਸ਼ਰਮ ਵਾਲੀ ਗੱਲ ਹੋ ਗਈ ਹੂੰ ਵੀ ਜੇ ਸਾਡੇ ਕੋਈ ਯਾਰ ਇੱਕ ਲਫ਼ਜ਼ ਵੀ ਹੈ ਨਹੀਂਗਾ ਹੂੰ ਮਤਲਬ ਜਿਹੜਾ ਸਾਨੂੰ ਉਧਾਰਾ ਲੈਣਾ ਪੈ ਰਿਹਾ ਹੂੰ ਮਤਲਬ ਉਹਦਾ ਰੀਜ਼ਨ ਕੀ ਆ ਘਟੋ ਘਟ ਨਾਮ ਦੇਖ ਕੇ ਬੰਦੇ ਨੂੰ ਆਟੋਮੈਟਿਕਲੀ ਪਤਾ ਹੋਵੇ ਬੀ ਜਿਹੜਾ ਇਹ ਨਾਮ ਆ ਇਹ ਕਿਸੇ ਧਰਮ ਦਾ ਨਹੀਂ ਹੈਗਾ ਹੂੰ ਕਿਸੇ ਜਾਤ ਦਾ ਨਹੀਂ ਹੈਗਾ ਕਿਸੇ ਰੰਗ ਦਾ ਨਹੀਂ ਹੈਗਾ ਇਹ ਉਸ ਜਿੱਦਾਂ ਉਸ ਖਿੱਤੇ ਦੀ ਖੁਸ਼ਬੂ ਆ ਉਸ ਦੀ ਹੂੰ ਹੂੰ ਸੋ ਅਸੀਂ ਜੇ ਕਹਿੰਦੇ ਆ ਨਾ ਵੀ ਅਸੀਂ ਵੀ ਆਰ ਕਲੈਕਟਿੰਗ ਜਿੱਦਾਂ ਸਿੱਖ ਆਰਟੀਫੈਕਟਸ ਜੀ ਪਰ ਸਾਡੇ ਕੋਲ ਬੁੱਧਿਜ਼ਮ ਹਿੰਦੂਇਜ਼ਮ ਜੀ ਇਵਨ ਬ੍ਰਿਟਿਸ਼ ਉਹਨਾਂ ਦੇ ਆਰਟੀਫੈਕਟ ਵੀ ਹੈਗੇ ਆ ਪਰ ਪਰਸਪੈਕਟਿਵ ਸਾਡਾ ਆ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਨੂੰ ਇਦਾਂ ਵੇਖਿਆ ਜਾਵੇ ਵੀ ਅਸੀਂ ਹੌਲੀ ਦਿਨਾਂ ਬਾਅਦ ਚੋ ਕਹਿਣਾ ਕਿ ਉਹਦਾ ਨਾਮ ਪੰਜਾਬੀ ਰੱਖੋ ਜਾਂ ਸਿੱਖ ਰੱਖੋ ਜਦੋਂ ਸਰਕਾਰ ਜਦੋਂ ਸਾਰਿਆਂ ਨੂੰ ਕੁਝ ਦੇ ਰਹੀ ਆ ਜੀ ਇਹ ਸਿੱਖ ਦਾ ਜਿਹੜਾ ਨਾ ਇਹ ਕੈਰੈਕਟਰ ਨਹੀਂ ਹੈਗਾ ਬਈ ਉਹ ਹਾਈਜੈਕ ਕਰੇ ਉਸ ਚੀਜ਼ ਨੂੰ ਵੀ ਮੇਰਾ ਨਾਮ ਲਵੋ ਤੁਸੀਂ ਜਾਂ ਪੰਜਾਬੀ ਦਾ ਕੈਰੈਕਟਰ ਹੈ ਨਹੀਂਗਾ ਉਹਦੇ 'ਚ ਇਦਾਂ ਆ ਬਈ ਤੁਸੀਂ ਜਿਹੜਾ ਨਾਮ ਰੱਖਣਾ ਉੱਥੇ ਥੋੜਾ ਜਸਟਿਸ ਕਰੋ ਜੇ ਮੇਰਾ ਖਿਆਲ ਆ ਪੀ ਕੋਹਨ ਸ਼ਾਇਦ ਜਿਹੜੇ ਇਕਨੋਮਿਸਟ ਹੋਏ ਨੇ ਅਮਰੀਕਾ ਤੋਂ ਉਹਨਾਂ ਨੇ ਇਹ ਟਰਮ ਪਪੂਲਰਾਈਜ਼ ਕੀਤੀ ਆ ਓਕੇ ਸਾਊਥ ਏਸ਼ੀਆ ਸਾਊਥ ਏਸ਼ੀਆ 19 ਜਦੋਂ ਗੂਗਲ ਐਨਗ੍ਰਾਮ 'ਚ ਦੇਖਦੇ ਨਾ ਆਪਾਂ ਉਹਦੇ ਵਿੱਚ 1940 ਜੇ ਟਰਮ ਥੋੜੀ ਬਾਹਰ ਆਈ 1960 ਚ ਫਿਰ ਥੋੜੀ ਹੋਰ ਉੱਪਰ ਕੇ ਆਈ ਹੁਣ ਤਾਂ ਖੈਰ ਹਰੇਕ ਪਾਸੇ ਵਰਥ ਹੋ ਰਹੀ ਆ ਜੀ ਪਰ ਜਿਹੜੀ ਗੱਲ ਸੋਚਣ ਵਾਲੀ ਆ ਵੀ ਜਿਹੜੇ ਸਾਡੇ ਆਪਾਂ ਜਿਹੜੀ ਉਸ ਕਿੱਤੇ ਚੋਂ ਆਏ ਹੋਏ ਆ ਹੂੰ ਇਹ ਆਪਾਂ ਨੂੰ ਇੱਕ ਪੁੱਲੀ ਚ ਕਾਤੇ ਬੰਨਣਾ ਚਾਹੁੰਦੇ ਨੇ ਹੂੰ ਹੂੰ ਮਤਲਬ ਹੋਰ ਇਹ ਕਦੀ ਮੈਂ ਬਹੁਤ ਰਿਸਪੈਕਟਫੁਲੀ ਕਹਿਣ ਲੱਗਾ ਵੀ ਕਦੀ ਇਹ ਜਿਹੜੇ ਜੂਇਸ਼ ਕੈਨੇਡੀਅਨ ਆ ਹੂੰ ਉਹਨਾਂ ਨੂੰ ਕਦੀ ਕਹੂਗੇ ਇਹ ਵੀ ਦੇਅਰ ਅਰਬਸ ਜਾਂ ਦੇਅਰ ਮਿਡਲ ਈਸਟਰਨਸ ਹਮ ਮਤਲਬ ਇਦਾਂ ਜੇ ਮਿਊਜ਼ੀਅਮ ਬਣੇ ਇਹ ਇਹ ਇੰਨਾ ਚ ਹੁਣ ਮੈਨੂੰ ਥੋੜਾ ਬਲੰਟਲੀ ਕਹਿਣਾ ਪੈਣਾ ਵੀ ਇੰਨਾ ਚ ਇੰਨੀ ਹਿੰਮਤ ਹੈਗੀ ਆ ਹਮ ਵੀ ਇੱਕ ਜੂਇਸ਼ ਜਿਹੜਾ ਕੈਨੇਡੀਅਨ ਆ ਉਹਨੂੰ ਇਹ ਕਹਿ ਦੇਣ ਵੀ ਹੀ ਇਜ਼ ਅ ਮਿਡਲ ਈਸਟਰਨ ਹਮ ਜਾਂ ਉਹਨਾਂ ਨੂੰ ਕਹਿਣ ਉਹਨਾਂ ਨੂੰ ਜ਼ੋਰ ਪਾ ਕੇ ਕਹਿਣ ਵੀ ਨਹੀਂ ਅਸੀਂ ਤੁਹਾਨੂੰ ਫੰਡਿੰਗ ਕਰਨੀ ਆ ਹਮ ਪਰ ਥੋੜਾ ਜਿਹੜਾ ਨਾਮ ਹੋਊਗਾ ਮਿਡਲ ਲਿਸਟਨ ਮਿਊਜ਼ੀਅਮ ਹੋਊਗਾ। ਹੂੰ ਤੁਸੀਂ ਇਹਦਾ ਕਰਕੇ ਵੇਖੋ। ਜਿਹੜਾ ਇਹ ਮਿਊਜ਼ੀਅਮ ਹੋਣਾ ਇਹ ਅਸਲ ਦੇ ਵਿੱਚ ਕੋਈ ਫਿਜ਼ਿਕ ਫਿਜ਼ੀਕਲ ਮਿਊਜ਼ੀਅਮ ਹੋਣਾ ਇਹਦੀ ਬਿਲਡਿੰਗ ਬਣਨੀ ਹੈ। ਪਲਾਨਸ ਇਸ ਤਰ੍ਹਾਂ ਦੇ ਨੇ ਜੀ ਕੋਈ। ਉੱਥੇ ਗੱਲਬਾਤ ਤੋਂ ਇਸ ਤਰ੍ਹਾਂ ਹੀ ਲੱਗ ਰਿਹਾ ਸੀਗਾ ਔਰ ਇਹਦਾ ਬਜਟ ਵੀ ਇਦਾਂ ਲੱਗ ਰਿਹਾ ਸੀ ਸ਼ਾਇਦ 100 ਮਿਲੀਅਨ ਦੇ ਲਾਗੇ ਹੋਵੇ। ਅੱਛਾ ਜੀ। ਪਰ ਉੱਥੇ ਜਿਹੜੀ ਜਿਹੜੀ ਸਾਨੂੰ ਜਿੰਨੀ ਸਾਡੀ ਅੰਡਰਸਟੈਂਡਿੰਗ ਸੀਗੀ ਵੀ ਜਿਹੜਾ ਹੁਣ ਪਹਿਲਾਂ ਤਾਂ ਇਹ ਹੋਣਾ ਆ ਕਿ ਗਵਰਨਮੈਂਟ ਤੋਂ ਨਾ ਜਿਹੜੀ ਸਾਊਥ ਏਸ਼ੀਆਨ ਟਰਮ ਐ ਉਹ ਡਿਫਾਈਨ ਨਹੀਂ ਕਰ ਹੋਈ ਚੰਗੀ ਤਰ੍ਹਾਂ ਹਮਮ ਪਹਿਲਾਂ ਤਾਂ ਇੱਕ ਤੁਸੀਂ ਦੇਖਿਓ ਇਹ ਇੱਕ ਗਰੁੱਪ ਐ ਏਦਾਂ ਉੱਠ ਖੜਨਾ ਉਹਨਾਂ ਨੇ ਕਹਿਣਾ ਜੀ ਅਸੀਂ ਡਿਫਾਈਨ ਕਰਦੇ ਆਂ ਹਮ ਫਿਰ ਉਹਨਾਂ ਨੇ ਆਪਸ ਵਿੱਚ ਹੀ ਲੜਨਾ ਇੱਕ ਫ੍ਰੈਂਡਲੀ ਉਹਨਾਂ ਦਾ ਮੈਚ ਹੋਣਾ ਆ ਹਮ ਉਹਦੇ ਵਿੱਚ ਉਸ ਗਰੁੱਪ ਨੇ ਕਹਿਣਾ ਦੇਖੋ ਜੀ ਅਸੀਂ ਡਿਫਾਈਨ ਕਰਤਾ ਤੇ ਹੁਣ ਕਮਿਊਨਿਟੀ ਸੈਟੀਸਫਾਈਡ ਤੇ ਨਾਮ ਹੁਣ ਆਪੇ ਕਰ ਲਓ ਤੁਸੀਂ ਹਮ ਸੋ ਪਰ ਜਿਹੜੀ ਤੁਸੀਂ ਥਾਂ ਵਾਲੀ ਗੱਲ ਕੀਤੀ ਹੈ ਨਾ ਉਹ ਮੈਨੂੰ ਲੱਗਦਾ ਵੀ ਜਿਹੜੀ ਇੱਕ ਉਹਨੂੰ ਮੈਂ ਲੌਬੀ ਕਰਾਂਗਾ ਹੂੰ ਇਹ ਕਿਹੜੀ ਵੈਨਕੂਵਰ ਵਾਲੀ ਲੌਬੀ ਆ ਉਹ ਚਾਹੁੰਦੀ ਆ ਵੀ ਵੈਨਕੂਵਰ ਚ ਮਿਊਜ਼ੀਅਮ ਹੋਵੇ ਅੱਛਾ ਜੀ ਜਿਹੜੀ ਸਰੀ ਵਾਲੀ ਆ ਉਹ ਆਬਵੀਅਸਲੀ ਸਰੀ ਬੜੀ ਖਰੀ ਤੇ ਉਹ ਚਾਹੁੰਦੇ ਨੇ ਜੀ ਇੱਥੇ ਹੋਵੇ ਤੇ ਸੁਖਨਾ ਜਿਹੜੇ ਈਸਟ ਚ ਬੈਠੇ ਨੇ ਆਪਣੇ ਭੈਣ ਭਰਾ ਐਬਰਫੋਰਡ ਜਾਂ ਚਲਾਹਾ ਉਹ ਚਾਣਗੇ ਵੀ ਉੱਥੇ ਹੋਵੇ ਜੀ 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 ਸੋ ਇਹ ਤਾਂ ਹੁਣ ਦੇਖੋ ਕਿਹਦੀ ਰਿਕੁਐਸਟ ਜਾਂ ਕਿਹਦਾ ਜ਼ੋਰ ਚੱਲਦਾ ਹਮਮ ਅਚਾਹ ਸੋ ਹੁਣ ਜੇ ਨਾਮ ਨੂੰ ਲੈ ਕੇ ਆਈ ਥਿੰਕ ਦੈਟਸ ਬਿਕਮ ਦ ਫਰਸਟ ਹਲਪੁਆਇੰਟ ਆਫ ਕਨਟੈਂਸ਼ਨ ਹੋ ਗਿਆ ਉਸ ਤੋਂ ਬਾਅਦ ਨੈਕਸਟ ਸਟੈਪ ਇਹ ਹੋਏਗਾ ਕਿ ਮਿਊਜ਼ੀਅਮ ਦੇ ਵਿੱਚ ਕੀ ਕੁਝ ਡਿਸਪਲੇ ਕੀਤਾ ਜਾਂਦਾ ਉਹਨੂੰ ਕਿਹੜੀ ਪ੍ਰੋਮਿਨੈਂਟ ਉਹ ਤਾਂ ਬਾਅਦ ਦੀਆਂ ਗੱਲਾਂ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਸੋ ਵਾਟ ਡੂ ਯੂ ਪ੍ਰੋਪੋਜ਼ ਕਿ ਨਾਮ ਚੂਜ਼ ਕਰਨ ਦੇ ਲਈ ਵਾਟ ਸ਼ੁਡ ਬੀ ਦ ਰਾਈਟ ਵਾਟ ਸ਼ੁਡ ਬੀ ਦ ਰਾਈਟ ਮੈਥਡ ਕਿ ਕੋਈ ਕੋਈ ਪਬਲਿਕ ਕੰਸਲਟੇਸ਼ਨ ਹੋਵੇ ਕੀ ਹੋਵੇ ਵਾਟ ਊਡ ਯੂ ਲਾਈਕ ਟੂ ਟੈਲ ਦ ਗਵਰਨਮੈਂਟ ਐਂਡ ਦ ਮਿਨਿਸਟਰ ਕਨਸਰਨਡ ਵੋ ਸੇਮ ਥਿੰਗ ਅ ਰਾਜਪੂ Taxpayer dollars are being spent on this, a mm. lot of taxpayer dollars, on a project that's probably gonna be fifty to a hundred million dollars. Mm. Event, choose girl. Don't do a community dialogue where you pick people strategically for political and academic motives. Mm. This is a societal movement. Mm. So what that needs is an actual consolidated plan with society. Mm. If you're gonna be putting all these groups under one umbrella, mm. speak to the quote unquote leaders of these groups. Right. But that can't be done. The way they tried. You can't just put a brush and say, We are mm -hmm. choosing South Asian as a term. Let's send everybody, send out a notice. I don't think they expected what they got from that event. Right. So this needs to be very meticulously thought of. And I think the article yesterday in the Vancouver Sun says mm -hmm. they hit a snag. Mm -hmm. This is more than a snag, mm -hmm. it's, a roadblock has been put in their way. Right. So, again, so do you think a public consultation on each idea where people can submit their ideas? Then maybe there should be, like, what would be the right way to come to the conclusion? ਕਿ ਕਿ ਮਿਊਜ਼ੀਅਮ ਦਾ ਨਾਮ ਇਹ ਹੋਵੇ ਜਿਹਦੇ ਵਿੱਚ ਕਮਿਊਨਿਟੀ ਦਾ ਥਾਟ ਰਿਫਲੈਕਟ ਹੋਵੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਜੀ ਇੱਕ ਜੇ ਆਪਾਂ ਲੋਗੋ ਪਿਕ ਕਰਨਾ ਹੋਵੇ ਨਾ ਸਿਟੀ ਦਾ ਹਮ ਹਮ ਫਰੀ ਆਰਟਸ ਦਾ ਜਾਂ ਉਹਦੇ ਲਈ ਤੁਸੀਂ ਦੇਖੋ ਕੀ ਪ੍ਰੋਸੀਜਰ ਆ ਹਮ ਉਹ ਉਹਦੇ ਲਈ ਨਾਮ ਵੀ ਰੱਖਿਆ ਜਾਂਦਾ ਥੋੜਾ ਮੋਟਾ ਹਮ ਹਮ ਸ਼ਾਬਾਸ਼ੀ ਦੇਣ ਲਈ ਹਮ ਇੱਕ ਲੋਗੋ ਜਦੋਂ ਪਿਕ ਹੁੰਦਾ ਜੀ ਪਰ ਜਦੋਂ ਤੁਸੀਂ ਐਡੀ ਵੱਡੀ ਗੱਲ ਕਹਿ ਰਹੇ ਹੋ ਹਮ ਬਈ ਇਹ ਜਿਹੜੀ ਸਰਕਾਰ ਹੈ ਵੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਜੋ ਵੀ ਉਹਦੇ ਆਪਰ ਟਰਮ ਯੂਜ਼ ਕਰਨੀਆਂ ਦੇਣਾ ਚਾਹੁੰਦੇ ਆ ਜੀ ਖੁਸ਼ ਕਰਨਾ ਚਾਹੁੰਦੇ ਆ ਫਿਰ ਉਹਨਾਂ ਨੂੰ ਪੁੱਛਤਾ ਲੋ ਯਾਰ ਹਮ ਬਈ ਤੁਸੀਂ ਜਿੱਦਾਂ ਹੁਣ ਰੇਡੀਓਜ਼ ਨੇ ਮੀਡੀਆ ਆ ਪ੍ਰਿੰਟ ਮੀਡੀਆ ਆ ਤੁਸੀਂ ਸਾਰੇ ਪਾਸੇ ਕਰ ਦਿਓ ਬਈ ਨਾਮ ਤੋਂ ਲੈ ਕੇ ਜੀ ਜਗ੍ਹਾ ਤੋਂ ਲੈ ਕੇ ਉਹ ਤੇ ਪਬਲਿਕ ਨੂੰ ਪੁੱਛੋ ਨਾ ਹਮ ਬਈ ਹੁਣ ਜੇ ਵੈਨਕੂਵਰ ਚ ਮਿਊਜ਼ੀਅਮ ਬਣਦਾ ਹੁਣ ਵੈਨਕੂਵਰ ਦੇਖੋ ਜ਼ਮੀਨ ਕਿੰਨੀ ਮਹਿੰਗੀ ਆ ਜੀ ਬਿਲਕੁਲ ਔਰ ਮੇਰੇ ਸਾਹਿਬ ਨਾ ਜਦ ਇਹ ਤੇ ਮੇਰੇ ਖਿਆਲ ਦਾਤੀ ਖਿਆਲ ਆ ਹਮ ਦੀ ਐਵਸਫੋਰਡ ਚ ਬਣਨਾ ਚਾਹੀਦਾ ਹੂੰ ਘਟੂ ਘਟ ਉਸੇ ਜ਼ਮੀਨ ਦਾ ਕੰਪੈਰੀਟਿਵਲੀ ਸਸਤੀ ਹੈ ਕੰਪੈਰੀਟਿਵਲੀ ਸਸਤੀ ਆ ਔਰ ਐਵਸਫੋਰਡ ਵੈਨਕੂਵਰ 에ਰਪੋਰਟ ਤੇ ਕੋਲੋਨਾ 에ਰਪੋਰਟ ਦੇ ਗੱਭੇ ਆਉਂਦਾ ਹੂੰ ਸੋ ਦੋਨੋਂ ਵਿਜ਼ਟਰ ਉੱਥੇ ਦੇ ਸਕਦੇ ਆ ਜੀ ਅ ਸੋ ਮੇਰੇ ਖਿਆਲ ਨਾਲ ਤਾਂ ਇਦਾਂ ਦਾ ਕੁਝ ਹੋਣਾ ਚਾਹੀਦਾ ਹੂੰ ਪ੍ਰਿਤਖਿਆ ਰਗੇ ਜਾਤੀ ਖਿਆਲ ਆ ਹਨਾ ਜੀ 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 ਸੋ ਵੇਖਦੇ ਆ ਚਲੋ ਕੀ ਬਣਦਾ ਜੀ ਪਰ ਥੈਂਕ ਯੂ ਸੋ ਮਾਚ ਐਨੀਥਿੰਗ ਐਲਸ ਯੂ ਲਾਈਕ ਟੂ ਐਡ ਆਈ ਥਿੰਕ ਯਾ ਕਿ ਇਹ ਜਿਹੜੀ ਚੀਜ਼ ਹੈ ਸਾਊਥ ਏਸ਼ੀਅਨ ਟਾਪਿਕ ਬਾਰੇ ਆਪਾਂ ਲਾਈਕ ਦੂਸਰੀ ਵੈਬਸਾਈਟ ਵੀ ਹੈਗੀ ਸਾਡੀ iamnotsouthasian.com ਉਹਦੇ ਉੱਪਰ ਵੀ ਡੇਵ ਮੋਰ ਇੰਟੂ ਦਿਸ ਟਾਪਿਕ ਐਂਡ ਦ ਹਿਸਟਰੀ ਆਫ ਇਟ ਸੋ ਆਈਡ ਇਨਕੋਰੇਜ ਦ ਲਿਸਨਰਸ ਟੂ ਪਲੀਜ਼ ਗੋ ਟੂ ਦੈਟ ਵੈਬਸਾਈਟ ਇੱਕ ਵੈਬਸਾਈਟ ਦਾ ਤਾਂ ਹੋ ਗਿਆ ਹੈ ਨਾ ਬਸ ਯਾਰ ਦੂਸਰੀ ਮੈਂ ਗੱਲ ਕਹਿਣਾ ਮੈਂ ਸੁਣੀ ਹੈ ਗੱਲ ਉਸ ਮੀਟਿੰਗ ਚ ਇੱਕ ਬਜ਼ੁਰਗ ਸੀਗੇ ਉਹ ਗੱਲ ਕਰ ਰਹੇ ਸੀਗੇ ਉਹ ਕਹਿ ਰਹੇ ਸੀਗੇ ਕਿ ਦੇਖੋ ਇਸ਼ੂ ਕੀ ਚੱਲ ਰਹੇ ਨੇ ਇਸ ਟਾਈਮ ਜੀ ਮੈਡੀਕੇਟ ਦਾ ਚੱਲ ਰਿਹਾ ਹੋਮਲੈਸਨੈਸ ਦਾ ਚੱਲ ਰਿਹਾ ਡਰੱਗਸ ਦਾ ਚੱਲ ਰਿਹਾ ਹੂੰ ਹੂੰ ਇਹ ਜਿਹੜੇ ਫੰਡ ਦੇ ਮਿਊਜ਼ੀਅਮ ਤੇ ਖਰਚਣਾ ਚਾਹੁੰਦੇ ਆ ਹੂੰ ਮਤਲਬ ਇਕਨੋਮੀ ਰੈਸੈਸ਼ਨ ਚੱਲ ਰਿਹਾ ਹੂੰ ਜੀ ਤੇ ਮੈਂ ਕਹਾਂ ਜੀ ਪਰ ਇਹ ਵੀ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅਸੀਂ ਅਸੀਂ ਆਪ ਕਲੈਕਟਰ ਨੇ ਅਸੀਂ ਐਵੇਂ ਸਮਝਦੇ ਆ ਪਰ ਇਹ ਵੀ ਇੱਕ ਪਰਸਪੈਕਟਿਵ ਆ ਜੀ 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 ਵੀ ਪੈਸੇ ਖਰਚੇ ਕਿੱਥੇ ਜਾਣ ਕਿਵੇਂ ਵੀ ਹਜੇ ਜਿਹੜਾ ਇਹ ਜਿਸ ਹਾਲਾਤ ਚੋਂ ਜਿਹੜਾ ਨਾ ਇਹ ਸ਼ਾਇਦ ਸਹੀ ਨਹੀਂ ਹੈਗਾ ਮੇਬੀ ਇਟਸ ਨਾਟ ਦ ਰਾਈਟ ਟਾਈਮ ਹਾਂ ਜੀ ਹੂੰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਰਾਜਪੰਡਾਲ ਜੀ ਤੇਜਸ ਕੀ ਰੱਦੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਵੰਜਾਰਾ ਨੋਮੈਡ ਤੋਂ ਤੇ ਜਿਹੜੀ ਇਹਨਾਂ ਨੇ ਵੈਬਸਾਈਟ ਦੱਸੀ ਆਈ ਐਮ ਨਾਟ ਸਾਊਥ ਏਸ਼ੀਅਨ.com ਉਸ ਵੈਬਸਾਈਟ ਨੂੰ ਵੀ ਹਿਚ ਲੋਂਦੇ ਨੇ ਤੁਸੀਂ ਗੱਲਬਾਤ ਸਾਰੀ ਸੁਣੀ ਆ ਹੁਣ